बठिंडा दे सर्कट हाउस दे नेड़े अपनियां मंगां नूं लैके गांधी जयंती दे उत्ते आंगणवाड़ी वर्करां वल्लों दित्ता गया धरना कीती। पंजाब सरकार अते केंद्र सरकार खिलाफ नारेबाजी। दस दईए कि अपनियां मंगां नूं लैके आंगणवाड़ी वर्करां लंबे समय तों धरने प्रदर्शन करदियां आ रहियां हन ते इह पंजाब सरकार दे खिलाफ भी इन्हां नूं हुण धरने प्रदर्शन करन लई मजबूर होना पिया, क्योंकि पंजाब सरकार ने भी हुण इन्हां दी बाह नहीं फड़ी जिथे वड्डे वड्डे वादे किए गए सी इन्हां चुण तों पहलां, लेकिन उह वादे हजे तक कोई भी पूरे नहीं किए गए, जिस नूं लैके जिन्हां वल्लों बठिंडा दे सर्कट हाउस दे नेड़े गांधी जयंती दे मौके ते अपना कालियां चुनियां लैके इन्हां वल्लों धरना प्रदर्शन करना पिया। ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਮੇਰਾ ਨਾਮ ਜਸਵੀਰ ਕੌਰ, ਬਲਾਕ ਪ੍ਰਧਾਨ ਬਠਿੰਡਾ। ਮੈਂ ਅੱਜ ਇਹੀ ਕਹਿਣਾ ਚਾਹੁੰਦੀ ਹਾਂ ਕਿ ਅੱਜ ਸਾਡੀ ਜਿਹੜੀ ਸਕੀਮ ਹੈ ICDS ਸਕੀਮ, ਇਹਨੂੰ ਜਿਹੜਾ ਹੈਗਾ ਮਤਲਬ ਕਿ ਇਹਦੇ ਅੱਜ ਜਿਹੜਾ ਜਨਮ ਦਿਨ ਜਿਹੜਾ 47 ਸਾਲ ਹੋ ਗਏ ਜੀ ਇਹਨੂੰ, ਤੇ ਸਾਨੂੰ 47 ਸਾਲ ਹੀ ਅਸੀਂ ਸੰਤਾਪ ਭੋਗ ਗਿਆ ਹੈਗਾ, ਕਿਉਂਕਿ ਅਸੀਂ ਸੋਚਦੇ ਸੀ ਵੀ ਅੱਧੀ ਸਦੀ ਬੀਤ ਗਈ ਆ ਸਾਡੀ, ਹੋ ਸਕਦਾ ਸਰਕਾਰਾਂ ਸਾਡੀ ਕੋਈ ਬਾਂਹ ਫੜਨਗੀਆਂ, ਕਿਉਂਕਿ ਅਸੀਂ ਜਿਹੜਾ ਹੈਗਾ ਬੱਚਿਆਂ ਨੂੰ ਐਜੂਕੇਸ਼ਨ ਦੇਣ ਤੋਂ ਪਹਿਲਾਂ ਜਿਹੜਾ ਬੱਚਿਆਂ ਦਾ ਬੇਸ ਹੈ, ਬੇਸ ਅਸੀਂ ਬਣਾਉਣੇ ਆ ਬੱਚਿਆਂ ਨੂੰ ਸਕੂਲ 'ਚ ਜਾਣ ਤੋਂ ਪਹਿਲਾਂ, ਅਤੇ ਅਸੀਂ ਸਾਡਾ ਕਮਿਊਨਿਟੀ ਦੇ ਨਾਲ ਸਾਡਾ ਜਿਹੜਾ ਹੈਗਾ ਗਾ ਸਹਿਚਾਰ ਹੈ, ਭਾਈਚਾਰਾ ਹੈਗਾ ਸਾਡਾ, ਅਤੇ ਅਸੀਂ ਉਹ ਸਕੀਮ ਨੂੰ ਅਸੀਂ ਪ੍ਰਫੁੱਲਿਤ ਕਰਨ ਵਾਸਤੇ ਅਸੀਂ ਆਪਦੀ ਸਿਰ ਧੜ ਦੀ ਜਿਹੜੀ ਹੈ ਉਹ ਅਸੀਂ ਬਾਜ਼ੀ ਲਾ ਦਿੰਦੇ ਹਾਂ, ਪਰ ਸਰਕਾਰਾਂ ਸਮੇਂ ਸਮੇਂ ਦੀਆਂ ਸਾਡੀ ਕੋਈ ਵੀ ਜਿਹੜੀ ਹੈ ਉਹ ਸਾਰ ਨਹੀਂ ਲੈ ਰਹੀਆਂ। ਕਿਸੇ ਵਿਅਕਤੀ ਦਾ ਜਨਮਦਿਨ ਹੋਵੇ, ਕਿਸੇ ਸੰਸਥਾ ਦਾ ਜਨਮਦਿਨ ਹੋਵੇ, ਤਾਂ ਕੇਕ ਕੱਟ ਕੇ ਜਾਂ ਖੁਸ਼ੀਆਂ ਨਾਲ ਮਨਾਇਆ ਜਾਂਦਾ, ਪਰ ਤੁਸੀਂ ਕੋਈ ਕਣਕ ਚੁੰਨੀਆਂ ਲੈ ਕੇ ਮਨਾ ਰਹੇ ਹੋ। ਹਾਂਜੀ, ਅਸੀਂ ਚਾਹੁੰਦੇ ਤਾਂ ਇਹ ਸੀ, ਨਵੀਂ ਸਰਕਾਰ ਆਈ ਹੈ, ਸਾਨੂੰ ਬੜੀਆਂ ਉਮੀਦਾਂ ਸੀ ਇਹਦੇ ਤੋਂ, ਕਿਉਂਕਿ ਇਹਨਾਂ ਨੇ ਸਾਡੇ ਨਾਲ ਵਾਅਦੇ ਵੀ ਕੀਤੇ ਸੀ ਵੀ ਅਸੀਂ ਆਵਾਂਗੇ ਤਾਂ ਤੁਹਾਡੇ ਜਿਹੜੇ ਕਾਲੇ ਦੁਪੱਟੇ ਨੇ ਜਿਹੜੇ ਇਹ ਤੁਹਾਡੇ ਸਿਰਾਂ ਤੋਂ ਲਾ ਦੇਵਾਂਗੇ, ਅਤੇ ਤੁਹਾਨੂੰ ਜਿਹੜਾ ਹੈਗਾ ਇੱਕ ਅਸੀਂ ਬਹੁਤ ਵਧੀਆ ਮਤਲਬ ਕਿ ਜਿਹੜਾ ਤੁਹਾਡਾ ਮਾਣ ਭੱਤੇ ਦੇ ਵਿੱਚ ਵਾਧਾ ਕਰਾਂਗੇ, ਦੁੱਗਣਾ ਕਰਾਂਗੇ, ਸਾਨੂੰ ਇਹ ਕਿਹਾ ਗਿਆ ਸੀ। ਸੋ ਅਸੀਂ ਉਮੀਦ ਤਾਂ ਬਹੁਤ ਰੱਖੀ ਸੀ, ਹਜੇ ਵੀ ਅਸੀਂ ਉਮੀਦ ਨਹੀਂ ਤੋੜੀ ਹੈਗੀ ਇਸ ਸਰਕਾਰ ਤੋਂ, ਅਸੀਂ ਇਹ ਕਹੀਏ ਵੀ ਉਮੀਦ ਤੋੜੀ ਹੈ, ਪਰ ਸਾਨੂੰ ਇਹਨਾਂ ਨੇ ਮਜਬੂਰ ਦੁਬਾਰੇ ਜਿਹੜਾ ਹੈਗਾ ਅੱਜ ਕਾਲੇ ਦੁਪੱਟੇ ਆ ਸਾਡੇ ਉਹ ਦੁਬਾਰੇ ਸਾਡੀਆਂ ਅਲਮਾਰੀਆਂ ਦੇ ਵਿੱਚੋਂ ਕਢਾ ਤੇ, ਅਤੇ ਇਹ ਨਹੀਂ ਪਤਾ ਹੈਗਾ ਵੀ ਇਹ ਸਰਕਾਰ ਸਾਡੀ ਇਹ ਅੱਜ ਜਿਹੜਾ ਸਾਡਾ ਇਸ ਸਰਕਾਰ ਦੀ ਆਉਣ 'ਤੇ ਸਾਡਾ ਇਹ ਪਹਿਲਾ ਧਰਨਾ ਹੈਗਾ, ਅਤੇ ਅਸੀਂ ਤਾਂ ਇਹ ਉਮੀਦ ਕਰਾਂਗੇ ਕਿ ਜਿਹੜੀ ਇਹ ਸਰਕਾਰ ਹੈਗੀ ਇਹ ਸਾਡਾ ਅੱਜ ਦਾ ਜਿਹੜਾ ਪਹਿਲਾ ਹੀ ਧਰਨਾ ਹੈ ਅਤੇ ਇਹੀ ਆਖਰੀ ਹੋ ਜੇ, ਅਤੇ ਸਾਨੂੰ ਕੋਈ ਜਿਹੜਾ ਭਰੋਸਾ ਦੇਵੇ, ਸਰਕਾਰ ਸਾਡਾ ਵਾਅਦਾ ਕਰੇ ਤਨਖਾਹਾਂ ਦੇ ਵਿੱਚ, ਇੱਥੋਂ ਤੱਕ ਕਿ ਸਾਡੀਆਂ ਤਾਂ 4 ਮਹੀਨੇ ਹੋ ਗਏ, ਸਾਡੀਆਂ ਜਿੰਨਾ ਵੀ ਸਾਨੂੰ ਮਾਣ ਪੱਤਾ ਪਹਿਲਾਂ ਮਿਲਦਾ ਸੀ ਉਹ ਵੀ ਸਾਡਾ ਨਹੀਂ ਦਿੱਤਾ, ਅੱਜ ਸਾਡੇ ਸਭ ਦੇ ਚੁੱਲ੍ਹੇ ਜਿਹੜੇ ਨੇ ਉਹ ਠੰਡੇ ਪੈ ਚੁੱਕੇ ਨੇ, ਅਤੇ ਸਾਡੇ ਬਹੁਤ ਬੁਰੀ ਹਾਲਤ ਹੋਈ ਪਈ ਹੈਗੀ ਵਰਕਰਾਂ ਹੈਲਪਰਾਂ ਦੀ। ਸੋ ਅਸੀਂ ਤਾਂ ਇਸ ਸਰਕਾਰ ਤੋਂ ਇੰਨੀ ਉਮੀਦ ਨਹੀਂ ਸੀ ਸਾਨੂੰ ਵੀ ਇਹ ਵੀ ਇੱਥੋਂ ਤੱਕ ਵੀ ਪਹੁੰਚਣਗੇ। ਮੈਂ ਗੁਰਮੀਤ ਕੌਰ, ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਠਿੰਡਾ ਜ਼ਿਲ੍ਹਾ ਦੀ ਪ੍ਰਧਾਨ ਹਾਂ। ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਹਾਂ ਕਿ 2 ਅਕਤੂਬਰ ਨੂੰ ਸਾਡੀ ਜਿਹੜੀ ICDS ਸਕੀਮ ਹੈ ਇਹਨੂੰ 47 ਸਾਲ ਪੂਰੇ ਹੋ ਚੁੱਕੇ ਹਨ, ਅਤੇ ਇਸ ਸਕੀਮ ਦੇ ਦੌਰਾਨ ਅਸੀਂ ਸਰਕਾਰ ਕੋਲੋਂ ਜੋ ਵੀ ਆਪਣੀਆਂ ਮੰਗਾਂ ਮੰਗਦੇ ਆਏ ਹਾਂ, ਇਹਨਾਂ 47 ਸਾਲਾਂ ਵਿੱਚ ਇਹਨਾਂ ਨੇ ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ, ਸਾਨੂੰ ਸੜਕਾਂ 'ਤੇ ਰੋਲਿਆ, ਸਾਨੂੰ ਮਜਬੂਰ ਹੋ ਕੇ ਅੱਜ ਰੋਸ ਪ੍ਰਦਰਸ਼ਨ ਕਰਨ ਦੇ ਲਈ ਉੱਥੇ ਸੜਕ 'ਤੇ ਉਤਰਨਾ ਪਿਆ। ਸਭ ਤੋਂ ਪਹਿਲੀ ਤਾਂ ਸਾਡੀ ਮੰਗ ਜੀ ਕੇਂਦਰ ਸਰਕਾਰ ਤੋਂ ਹੈ ਕਿ ਸਾਨੂੰ ਪੱਕੇ ਮੁਲਾਜ਼ਮ ਬਣਾਇਆ ਜਾਵੇ, ਅਤੇ ਜਦੋਂ ਤੱਕ ਸਾਨੂੰ ਪੱਕੇ ਮੁਲਾਜ਼ਮ ਨਹੀਂ ਬਣਾਇਆ ਜਾਂਦਾ ਤਾਂ ਸਾਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਜਾਵੇ। ਉਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਇਹ ਕਰਦੇ ਹਾਂ ਕਿ ਜਿਹੜੀ ਕਿ ਸਿੱਖਿਆ ਨੀਤੀ ਜਿਹੜੀ ਹੁਣ ਨਵੀਂ ਆਈ ਹੈ ਨੈਸ਼ਨਲ ਪਾਲਿਸੀ, ਉਹਦੇ ਅਨੁਸਾਰ ਸਾਨੂੰ ਪ੍ਰਾਈਮਰੀ ਟੀਚਰ ਜਿਹੜੇ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਬਿਲਕੁਲ ਜੀ, ਸਾਰੀਆਂ ਸਰਕਾਰਾਂ ਹੀ ਚੋਣਾਂ ਤੋਂ ਪਹਿਲਾਂ ਵਾਅਦੇ ਕਰਦੀਆਂ ਨੇ, ਤਾਂ ਬਾਅਦ ਵਿੱਚ ਹੁਣ ਆ ਪਿੱਛੇ ਜੀ ਅਸੀਂ ਇੱਕ ਮੰਤਰੀ ਮੈਡਮ ਨਾਲ ਮੀਟਿੰਗ ਕਰਕੇ ਆਏ ਹਾਂ, ਉਹਦੇ ਵਿੱਚ ਅਸੀਂ ਉਹਨਾਂ ਦੇ ਅੱਗੇ ਗੱਲ ਰੱਖੀ ਕਿ ਤੁਸੀਂ ਇਲੈਕਸ਼ਨ ਟਾਈਮ ਸਾਨੂੰ ਕਿਹਾ ਸੀ ਕਿ ਅਸੀਂ ਆਂਗਨਵਾੜੀ ਮੁਲਾਜ਼ਮਾਂ ਦਾ ਮਾਣ ਪੱਤਾ ਦੁੱਗਣਾ ਕਰਾਂਗੇ, ਤਾਂ ਉਹਨਾਂ ਦਾ ਸਾਨੂੰ ਇਹ ਜਵਾਬ ਸੀ ਕਿ ਹਰ ਕੰਮ ਇੱਕਦਮ ਨਹੀਂ ਹੋ ਜਾਂਦਾ ਹੁੰਦਾ, ਸਮਾਂ ਲੱਗਦਾ ਜੀ, ਸਮਾਂ ਲੱਗੇਗਾ, ਤਾਂ ਤੁਸੀਂ ਇਹ ਦੱਸੋ ਕਿ ਸਮਾਂ ਤਾਂ 5 ਸਾਲ ਪਿਆ ਇਹਨਾਂ ਕੋਲ, ਅਤੇ ਹਜੇ ਤਾਂ ਫਿਰ 1 ਸਾਲ ਵੀ ਨਹੀਂ ਪੂਰਾ ਹੋਇਆ, ਤਾਂ ਤੁਸੀਂ ਦੱਸੋ ਅਸੀਂ 5 ਸਾਲ ਇੱਦਾਂ ਹੀ ਸੜਕਾਂ 'ਤੇ ਰੁਲਦੇ ਰਹਾਂਗੇ? ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜੋ ਵੀ ਸਾਡੀ ਅਗਲੇ ਸੰਘਰਸ਼ ਦੀ ਰੂਪਰੇਖਾ ਹੋਏਗੀ ਅਸੀਂ ਉਹ ਪੂਰੀ ਕਰਾਂਗੇ।